ਸਬਸਕ੍ਰਾਈਬ ਕਰੋ ਖਦਰਾਂ ਐਲ ਐਸ ਆਈ ਦੇ YouTube ਚੈਨਲ ਨੂੰ ਤੇ ਬੈਲ ਦਾ ਆਈਕਨ ਜਰੂਰ ਦਬੋ ਹਾਂਜੀ ਸਵਾਗਤ ਹੈ ਤੁਹਾਡਾ ਖਦਰਾਂ ਐਲ ਐਸ ਆਈ ਦੇ YouTube ਚੈਨਲ ਤੇ ਜਿੱਥੇ ਤੁਸੀਂ ਬਹੁਤ ਕੁਝ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ ਅੱਜ ਦੀ ਇਹ ਵੀਡੀਓ ਹੈ ਜੀ ਜਿਵੇਂ ਕਿ ਅੱਜ ਕਈ ਅਖਬਾਰਾਂ 'ਚ ਵੀ ਨਿਊਜ਼ ਆਈ ਪਹਿਲਾਂ ਵੀ ਕਈ ਜਗ੍ਹਾ ਇਹ ਹੋਇਆ ਹੈਗਾ ਕਿ ਮੰਨ ਕੇ ਹੁਣ ਚੰਡੀਗੜ੍ਹ ਦੀ ਨਿਊਜ਼ ਹੈ ਕਿ ਕਈ ਲੋਕਾਂ ਦੀ ਮੌਤ ਹੋ ਗਈ ਮੰਨ ਲਓ ਉਹਨਾਂ ਨੇ ਪੰਪ ਦਾ ਸ਼ੇਕ ਪੀਣ ਤੋਂ ਬਾਅਦ ਤੇ ਉਸ ਤੋਂ ਬਾਅਦ ਕੀ ਇਹ ਕੋਲਡ ਡਰਿੰਕ ਪੀ ਲਈ ਕੋਲਡ ਡਰਿੰਕ ਜਿਵੇਂ ਆਪਣੇ ਡਿਊ ਕੋਕਾ ਕੋਲਾ ਵਗੈਰਾ ਇਹ ਸਾਰੇ ਹੁੰਦੇ ਪੈਪਸੀ ਮਰਿੰਡਾ ਉਤੋਂ ਦੀ ਉਹ ਪੀ ਲਈ ਜਿਹਦੇ ਨਾਲ ਉਹ ਉਹਨਾਂ ਨੂੰ ਕੀ ਹੈ ਜਿਹੜੀ ਬੇਹੋਸ਼ ਹੋ ਗਏ ਥੋੜੇ ਜਰ ਬਾਅਦ ਤੇ ਜਦੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਕਿ ਭਾਵ ਉਹਨਾਂ ਦੀ ਮੌਤ ਹੋ ਗਈ ਥੋੜੇ ਜਰ ਚੀ ਤਾਂ ਜਿਹੜੇ ਆਂਬਾ ਜਾਂ ਅੰਬ ਦਾ ਕੀ ਜਿਵੇਂ ਚ ਦੱਸਿਆ ਕਿ ਅੰਬ ਦਾ ਜੂਸ ਪੀਣ ਤੋਂ ਬਾਅਦ ਜਦੋਂ ਕੋਲਡ ਡਰਿੰਕ ਪੀ ਲਈ ਉਹ ਬੇਹੋਸ਼ ਹੋ ਗਏ ਤੇ ਜਦੋਂ ਡਾਕਟਰਾਂ ਨੇ ਦੱਸਿਆ ਵੀ ਉਹ ਕੋਲਡ ਡਰਿੰਕ ਨਾਲ ਮਿਲ ਕੇ ਅੰਬ ਜਿੱ ਇੱਕ ਜ਼ਹਿਰ ਦੀ ਤਰ੍ਹਾਂ ਬਣ ਗਿਆ ਤੇ ਜਿਹੜੇ ਜ਼ਹਿਰ ਨਾਲ ਉਹਨਾਂ ਦੀ ਮੌਤ ਹੋ ਗਈ ਤਾਂ ਕਦੇ ਵੀ ਪਹਿਲੀ ਗੱਲ ਤਾਂ ਕੀ ਇਹ ਕੋਲਡ ਡਰਿੰਕ ਆਪਣੇ ਲਈ ਸਿਹਤ ਲਈ ਬਹੁਤ ਖਤਰਨਾਕ ਚੀਜ਼ ਹੈ ਇਹ ਕੋਈ ਚੰਗੀ ਚੀਜ਼ ਨਹੀਂ ਹੈਗੀ ਇਹ ਸਿਹਤ ਨੂੰ ਖਰਾਬ ਕਰਦੀ ਹੈ ਚੰਗਾ ਨਹੀਂ ਕਰਦੀ 슈ਗਰ ਲੈਵਲ ਵੀ ਵਧਾਉਂਦੀ ਆਪਣਾ ਤੇ ਇਹ ਕੋਈ ਚੰਗੀ ਚੀਜ਼ ਨਹੀਂ ਹੈਗੀ ਦੂਜੀ ਗੱਲ ਕਦੇ ਵੀ ਕਿਸੇ ਵੀ ਚੀਜ਼ ਨੂੰ ਮਿਕਸ ਕਰਕੇ ਨਾ ਖਾਓ ਕੋਲਡ ਡਰਿੰਕ ਨੂੰ ਜਿਵੇਂ ਫਲਾਂ ਨਾਲ ਹੋ ਗਿਆ ਜਾ ਹੋਰ ਕਈ ਚੀਜ਼ਾਂ ਲੋਕ ਕੀ ਇਹ ਵਿੱਚ ਨਾ ਚਾਰ ਚਾਰ ਚੀਜ਼ਾਂ ਮਿਕਸ ਕਰਕੇ ਸਬਜ਼ੀ ਬਣਾ ਲੈਂਦੇ ਆ ਕਿ ਮਿਕਸ ਆਏ ਫਲਾਨਾ ਇਹ ਮਿਕਸ ਮਸਾਲਾ ਇਸ ਤਰ੍ਹਾਂ ਦੇ ਨਾਮ ਵੀ ਰੱਖੇ ਗਏ ਨੇ ਤਾਂ ਮਿਕਸ ਕਰਕੇ ਜੀਜ ਖਾਣੀ ਸਿਹਤ ਲਈ ਬਹੁਤ ਖਤਰਨਾਕ ਹੈ ਕੱਲੀ-ਕੱਲੀ ਚੀਜ਼ ਖਾਓ ਜਿਵੇਂ ਕਿ ਡਾਕਟਰ ਵੀ ਦੱਸਦੇ ਨੇ ਬਹੁਤ ਸਾਰੇ ਕਿ ਚੀਜ਼ ਹੈ ਜਿਹੜੀ ਅਲੱਗ-ਅਲੱਗ ਟਾਈਮ ਤੇ ਖਾਣਾ ਚਾਹੀਦਾ ਠੰਡਾ ਜੱਤਾ ਨਾ ਇਕੱਠਾ ਖਾਓ ਕੋਈ ਹੋਰ ਖੱਟੀ ਮਠੀ ਚੀਜ਼ ਅਲੱਗ-ਅਲੱਗ ਕਰਕੇ ਖਾਓ ਇਕੱਠੀ ਨਾ ਖਾਓ ਪਹਿਲਾਂ ਮਿੱਠਾ ਖਾ ਲਿਆ ਫਿਰ ਖੱਟਾ ਖਾ ਲਿਆ ਨਮਕੀਨ ਖਾ ਲਿਆ ਮਿੱਠਾ ਖਾ ਲਿਆ ਇਹ ਚੀਜ਼ਾਂ ਜਿਹੜੀਆਂ ਸਿਹਤ ਲਈ ਖਤਰਨਾਕ ਨੇ ਜਿਵੇਂ ਕਿ ਆ ਕਈ ਲੋਕਾਂ ਨੇ ਅੱਜ ਹੁਣ ਕੱਲ੍ਹ ਜਾਨ ਗਵਾਤੀ ਅੰਬ ਤੋਂ ਬਾਅਦ ਉਹਨਾਂ ਨੇ ਕੋਲਡ ਡਰਿੰਕ ਜਿਹੜੀ ਪੀਤੀ ਤੇ ਜਿਹਦੇ ਨਾਲ ਕਿ ਉਹ ਇੱਕ ਜ਼ਹਿਰ ਦੀ ਤਰ੍ਹਾਂ ਬਣ ਗਈ ਤੇ ਤੁਸੀਂ ਵੀ ਇਸ ਚੀਜ਼ ਦਾ ਧਿਆਨ ਰੱਖੋ ਕਿ ਜੇ ਕੋਈ ਵੀ ਚੀਜ਼ ਮਿਕਸ ਕਰਕੇ ਖਾਣ ਤੋਂ ਪਰਹੇਜ਼ ਕਰੋ ਉੱਪਰ ਦੀ ਖਾਣ ਪੀਣ ਦੇ ਜਿਹੜਾ ਜਿਹੜੀ ਚੀਜ਼ ਬਣੀ ਹੈ ਗੁਦਰਤੀ ਤਰੀਕੇ ਨਾਲ ਉਹੀ ਉਸ ਤਰੀਕੇ ਨਾਲ ਹੀ ਖਾਓ। ਤੁਹਾਨੂੰ ਵੀਡੀਓ ਜੰਗੀ ਲੱਗੀ ਕੋਈ ਜਾਣਕਾਰੀ ਮਿਲੀ ਤਾਂ ਇਹਨ ਲਾਈਕ ਜ਼ਰੂਰ ਕਰੋ ਤੇ ਜੇਕਰ ਤੁਸੀਂ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੈਲ ਦਾ ਆਈਕਨ ਜ਼ਰੂਰ ਦਬੋ ਹੋਰ ਵੀਡੀਓਜ਼ ਦੇਖਣੀਆਂ ਤਾਂ ਚੈਨਲ ਤੇ ਜਾ ਕੇ ਪਲੇਲਿਸਟ ਜਾਓ। ਉੱਥੇ ਤੁਹਾਨੂੰ 36570 ਪਲੱਸ ਵੀਡੀਓਜ਼ ਨੇ ਉਹ ਤੁਸੀਂ ਦੇਖ ਸਕਦੇ ਹੋ ਧੰਨਵਾਦ।